ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਧੰਨਤਾ ਦੇ ਯੋਗ ਹੋ ਜਿਨ੍ਹਾਂ ਨੂੰ ਮੀਰੀ ਅਤੇ ਪੀਰੀ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੀ ਪਾਵਨ ਕਥਾ ਨੂੰ ਸਰਵਣ ਕਰਨ ਦਾ ਸੁਭਾਗ ਭਰਿਆ ਸਮਾਂ ਪ੍ਰਾਪਤ ਹੋਇਆ ਹੈ ਜੀ। ਗੁਰਮੁਖ ਪਿਆਰਿਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਕਰਨ ਵਾਲੇ ਅਨੇਕਾਂ ਹੀ ਗੁਰੂ ਕੇ ਸ਼ਰਧਾਲੂ ਹੋਏ ਆ, ਗੁਰੂ ਦੇ ਸਿੱਖ ਹਜ਼ਾਰਾਂ ਹੀ ਹੋਏ ਆ ਜਿਨ੍ਹਾਂ ਨੇ ਗੁਰੂ ਜੀ ਨੂੰ ਪਿਆਰ ਕੀਤਾ, ਜਿਉਂਦਿਆਂ ਹੀ ਦੇਵਤਿਆਂ ਵਰਗੇ ਹੋ ਗਏ ਆ। ਇਸ ਤਰ੍ਹਾਂ ਇੱਕ ਮਾਈ ਸੀ, ਉਹਨੇ ਮਹਾਰਾਜ ਨੂੰ ਪਾਪੀ ਕਿਉਂ ਕਿਹਾ ਸੀਗਾ ਦੇਖੋ, ਅਤੇ ਸਤਿਗੁਰੂ ਮਹਾਰਾਜ ਨੇ ਉਹ ਮਾਈ ਦਾ ਵੀ ਉਧਾਰ ਕੀਤਾ ਜਿਹਨੇ ਸਤਿਗੁਰੂ ਜੀ ਨੂੰ ਪਾਪੀ ਆਖਿਆ ਸੀ। ਉਹ ਕਥਾ ਕਿਸ ਤਰ੍ਹਾਂ ਹੋਈ ਆ ਜੀ, ਆਓ ਆਪਾਂ ਸਾਰੀ ਕਥਾ ਸਰਵਣ ਕਰੀਏ। ਕਸ਼ਮੀਰ ਦੇ ਵਿੱਚ ਰਹਿਣ ਵਾਲੀ ਇੱਕ ਮਾਈ ਸੀ, ਉਹਦਾ ਇੱਕ ਪੁੱਤਰ ਸੀ ਸੇਵਾਦਾਸ, ਉਹ ਬ੍ਰਾਹਮਣ ਸੀਗਾ। ਉਹਦੇ ਅੰਦਰ ਸਿੱਖੀ ਬੜੀ ਪਰਪੱਕ ਸੀ, ਸਿਦਕ ਬੜਾ ਸੀਗਾ, ਕੜਾਹ ਪ੍ਰਸ਼ਾਦ ਤਿਆਰ ਕਰਦਾ, ਸੰਗਤਾਂ ਦਾ ਇਕੱਠ ਕਰਦਾ, ਗੁਰੂ ਮਹਾਰਾਜ ਦੀ ਬਾਣੀ ਪੜ੍ਹਦਾ ਸੀ, ਸੰਗਤ ਕਰਦਾ ਸੀ। ਉਹਦੀ ਮਾਂ ਨੂੰ, ਮਾਤਾ ਜੀ ਨੂੰ ਦੇਖ ਕੇ ਆਪਣੇ ਪੁੱਤਰ ਵੱਲ ਦੇਖਿਆ, ਉਹਦੇ ਹਿਰਦੇ 'ਚ ਵੀ ਪ੍ਰੇਮ ਪ੍ਰਗਟ ਹੋ ਗਿਆ। ਕਹਿਣ ਲੱਗੀ ਕਿ ਮੈਂ ਵੀ ਐਸੇ ਸਤਿਗੁਰੂ ਜੀ ਦੇ ਦੀਦਾਰ ਕਰਾਂਗੀ, ਸਤਸੰਗਤ ਕੀ ਪੰਗਤ ਜਹਾਂ, ਸੁਣਤ ਸ਼ੀਗਰ ਹੀ ਪਹੁੰਚੇ ਤਹਾਂ। ਜਿੱਥੇ ਵੀ ਸਾਧ ਸੰਗਤ ਹੁੰਦੀ ਉੱਥੇ ਉਹ ਚਲੀ ਜਾਂਦੀ। ਮਹਾਰਾਜ ਬਾਰੇ ਸੁਣ ਸੁਣ ਕੇ ਉਹਨੂੰ ਗੁਰੂ ਨਾਲ ਪਿਆਰ ਹੋ ਗਿਆ। ਗੁਰੂ ਦੀ ਕਥਾ ਉਹ ਮਾਈ ਸੁਣੀ ਗਈ, ਉਹਦੇ ਅੰਦਰ ਵੀ ਪ੍ਰੇਮ ਜਾਗਿਆ ਜੀ, ਬਹੁਤ ਪਿਆਰ ਕਰਨ ਲੱਗੀ ਛੇਵੇਂ ਪਾਤਸ਼ਾਹ ਜੀ ਨੂੰ। ਪੁੱਤਰ ਨੂੰ ਪੁੱਛਦੀ ਰਹਿੰਦੀ ਸੀ, ਮੈਨੂੰ ਗੁਰੂ ਦੀਆਂ ਸਾਖੀਆਂ ਹੋਰ ਸੁਣਾ ਦਿਓ, ਕਿੱਦਾਂ ਦੇ ਨੇ ਉਹ, ਬੂਝਤ ਰਹੇ ਪੁੱਤਰ ਕੇ ਪਾਸ, ਕਿਮ ਸੁਭਾਵ ਕੋ ਸੇਵਾਦਾਸ। ਪੁੱਤਰ ਜੀ, ਗੁਰੂ ਜੀ ਤਾਂ ਬਹੁਤ ਦੂਰ ਵੱਸਦੇ ਆ, ਕੀ ਮੈਨੂੰ ਉਹ ਦਰਸ਼ਨ ਦੇ ਦੇਣਗੇ? ਉਹ ਦਾਸਾਂ ਦਾ ਪ੍ਰੇਮ ਜਾਣ ਲੈਂਦੇ ਆ ਕਿ ਨਹੀਂ? ਜਦੋਂ ਤੱਕ ਉਹਨਾਂ ਦੇ ਦਰਸ਼ਨ ਮੈਨੂੰ ਹੋ ਨਹੀਂ ਜਾਂਦੇ, ਮੇਰੀ ਤਸੱਲੀ ਨਹੀਂ ਹੋਵੇਗੀ, ਮੈਨੂੰ ਰੱਜ ਨਹੀਂ ਆਵੇਗਾ, ਮੇਰੇ ਸੰਸੇ ਰਹਿਣਗੇ, ਕਿਵੇਂ ਆਉਣਗੇ ਇੱਥੇ ਉਹ? ਇਸ ਤਰ੍ਹਾਂ ਮਹਾਰਾਜ ਨੂੰ ਭਾਵ ਕਿ ਰੋਜ਼ ਗੁਰਮੁਖ ਪਿਆਰੇ ਉਹ ਯਾਦ ਕਰਦੀ ਆ। ਫਿਰ ਉਹਦੇ ਪੁੱਤਰ ਨੇ ਕਹਿਣਾ, ਮਾਤਾ ਜੀ ਤੁਸੀਂ ਚਿੰਤਾ ਨਾ ਕਰੋ, ਗੁਰੂ ਨਾਨਕ ਦੇਵ ਜੀ ਜਿਹੜੇ ਗੁਰੂ ਹੋਏ ਆ, ਉਹਨਾਂ ਨੇ ਆਪਣੇ ਸਿੱਖਾਂ ਦਾ ਪਿਆਰ ਵੇਖਿਆ, ਸੰਗਲਾ ਦੀਪ ਤੱਕ ਗਏ ਆ, ਚਾਰ ਉਦਾਸੀਆਂ ਕੀਤੀਆਂ, ਵੱਖ ਵੱਖ ਥਾਵਾਂ 'ਤੇ ਗਏ ਆ। ਛੇਵੇਂ ਪਾਤਸ਼ਾਹ ਜੀ ਉਹਨਾਂ ਦੀ ਹੀ ਜੋਤ ਨੇ, ਛੇਵੇਂ ਗੁਰੂ ਨਾਨਕ ਨੇ, ਗੁਰੂ ਹਰਗੋਬਿੰਦ ਸਾਹਿਬ ਜੀ। ਤੁਸੀਂ ਯਾਦ ਕਰੀ ਚੱਲੋ, ਇੱਕ ਦਿਨ ਗੁਰੂ ਮਹਾਰਾਜ ਜ਼ਰੂਰ ਆਉਣਗੇ। ਦੇਖੋ ਕਿੰਨਾ ਭਰੋਸਾ ਸੀਗਾ ਗੁਰਮੁਖ ਪਿਆਰਿਓ ਉਹਨਾਂ ਸਿੱਖਾਂ ਨੂੰ। ਆਪਾਂ ਆਪਣੇ ਜੀਵਨ ਵੱਲ ਦੇਖੀਏ, ਆਪਾਂ ਕਿੰਨੇ ਤਰਕਾਂ ਵਿੱਚ ਫਸੇ ਹੋਏ ਹਾਂ ਅੱਜ, ਕਿੰਨੇ ਮਾਇਆਧਾਰੀ ਬਣ ਗਏ। ਪੈਸੇ ਦੀ ਖਾਤਰ ਤਾਂ ਭੱਜ ਦੌੜ ਕਰੀ ਜਾਂਦੇ ਹਾਂ, ਧਰਮ ਕਮਾਉਣ ਲਈ ਕੀ ਕਰਦੇ ਹਾਂ? ਕੁਝ ਵੀ ਨਹੀਂ ਕਰਦੇ। ਆਪਾਂ ਪੁੱਛਣਾ ਕਦੇ ਆਪਣੇ ਆਪ ਨੂੰ, ਧਰਮ ਕਮਾਉਣ ਲਈ ਕੀ ਕਰਦੇ ਹਾਂ? ਇਹ ਸਵਾਲ ਆਪਣੇ ਆਪ ਨੂੰ ਪੁੱਛਿਓ, ਅਤੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਜ਼ਰੂਰ ਦੇਖਿਓ। ਇਹ ਸਵਾਲ ਪੁੱਛਣ ਤੋਂ ਬਾਅਦ ਰਹੋ ਵਿਚਾਰ ਜੀ। ਇਸ ਤਰ੍ਹਾਂ ਮਹਾਰਾਜ ਨੂੰ ਯਾਦ ਕਰਦੀ ਆ ਜੀ, ਬਹੁਤ ਪਿਆਰ ਕਰਦੀ ਆ। ਪੁਨ ਉਪਾਏ ਕਰਚਿਓ ਨਵੀਨ, ਦੁਰਲਭ ਤੂਲ ਮੋਲ ਬਡਲੀਨ। ਫਿਰ ਉਹ ਬੁੱਢੀ ਮਾਈ ਦੇ, ਮਾਤਾ ਭਾਗ ਭਰੀ ਦੇ ਮਨ 'ਚ ਨਾ ਇੱਕ ਉਪਾਅ ਆ ਗਿਆ। ਉਹਨੇ ਨਵਾਂ ਹੀ ਸੋਚਿਆ ਵੀ ਕੁਝ ਕਰਾਂ। ਬਹੁਤ ਸੋਹਣੀ ਰੂਈ ਵੱਡੀ ਮਿਕਦਾਰ ਵਿੱਚ ਮੁੱਲ ਲਈ ਆ, ਆਪਣੇ ਹੱਥਾਂ ਨਾਲ ਤੁੰਬ ਕੇ
ਚੁਣ ਚੁਣ ਕੇ ਉਹਨੂੰ ਸਾਫ਼ ਕੀਤਾ, ਸੁਧਾਰਿਆ। ਗੁਰੂ ਮਹਾਰਾਜ ਦੇ ਗੁਣ ਗਾਉਂਦੀ ਗਾਉਂਦੀ ਬਰੀਕ ਬਰੀਕ ਸੂਤ ਕੱਤਦੀ ਆ ਜੀ। ਗੁਰਗੁਣ ਗਾਵਤ ਕਰਤ ਸੁਕਾਰ, ਕਾਤੇ ਸੂਖਮ ਸੂਤ ਸੁਧਾਰ। ਇੱਕ ਸਮਾਨ ਕਰਕੇ ਵੱਟ ਚੜ੍ਹਾਉਂਦੀ ਸੀ, ਚਰਖਾ ਗੇੜਦੀ ਆ, ਛੇਵੇਂ ਪਾਤਸ਼ਾਹ ਜੀ ਨੂੰ ਚੇਤੇ ਕਰਦੀ ਆ। ਇਸ ਤਰ੍ਹਾਂ ਮਹਾਰਾਜ ਨੂੰ ਚਾਹੁੰਦੀ ਆ ਵੀ ਦਰਸ਼ਨ ਹੋ ਜਾਣ। ਪ੍ਰੇਮ ਦੇ ਵਿੱਚ ਕਹਿਣ ਲੱਗੀ, ਆ ਕੇ ਦੇਖੋ ਪ੍ਰਭੂ ਜੀ, ਮੈਂ ਤਾਂ ਬੁੱਢੀ ਹੋ ਗਈ ਹਾਂ, ਚੱਲ ਕੇ ਨਹੀਂ ਆ ਸਕਦੀ। ਪਹਾੜਾਂ ਦਾ ਰਸਤਾ ਵਾ ਲੰਮਾ ਪੈਂਡਾ ਵਾ, ਉੱਚਾ ਨੀਵਾਂ ਥਾਂ ਮੈਨੂੰ ਦਿਖਾਈ ਨਹੀਂ ਦਿੰਦਾ ਜੀ। ਪੰਥ ਪਹਾੜਨ ਕੋ ਬਹੁ ਦੂਰ, ਊਚ ਨੀਚ ਥਲ ਲਖੀਅਤ ਪੂਰ। ਕਿਰਪਾ ਕਰੋ ਮਹਾਰਾਜ, ਨਹੀਂ ਤਾਂ ਮੈਂ ਆਪ ਚੱਲ ਕੇ ਅੰਮ੍ਰਿਤਸਰ ਆ ਜਾਂਦੀ, ਨਾਹੀਂ ਤਾਂ ਮੈਂ ਅੰਮ੍ਰਿਤਸਰ ਆਵਤ। ਨਿਜ ਕਰ ਸੋ ਅੰਬਰ ਪਹਿਰਾਵਤ, ਆਪਣੇ ਹੱਥਾਂ ਨਾਲ ਜਿਹੜਾ ਕੱਤਿਆ ਸੂਤ ਆ ਇਹਦਾ ਬਸਤਰ ਤੁਹਾਨੂੰ ਪਵਾਉਂਦੀ। ਹੇ ਮੇਰੇ ਮਾਲਕ ਜੀ, ਤੁਹਾਡੀ ਪਹੁੰਚ ਮੇਰੇ ਦਿਲਾਂ ਤੱਕ ਆ, ਕਿਰਪਾ ਕਰੋ ਜੀ। ਇਸ ਤਰ੍ਹਾਂ ਭਾਵ ਕਿ ਉਹ ਨਾ ਰੋਜ਼ ਮਹਾਰਾਜ ਨੂੰ ਚੇਤੇ ਕਰਦੀ ਆ, ਚਾਹੁੰਦੀ ਆ ਮੈਂ ਗੁਰੂ ਜੀ ਨੂੰ ਬਸਤਰ ਤਿਆਰ ਕਰਕੇ ਦੇਵਾਂ। ਇੱਕ ਜਲਾਹੇ ਦੇ ਘਰੇ ਗਈ ਆ, ਉਹਨੂੰ ਕੱਤਿਆ ਹੋਇਆ ਸੂਤ ਦਿੱਤਾ ਵਾ ਵੀ ਇਹਦਾ ਕੱਪੜਾ ਬਣਾ ਦੇ। ਉਹਨੂੰ ਵਾਧੂ ਮਜ਼ਦੂਰੀ ਦਿੱਤੀ ਆ ਮਾਈ ਨੇ, ਕਹਿੰਦੀ ਨਰਮ ਕੱਪੜਾ ਬਣਾਈ, ਚੰਗਾ ਕੱਪੜਾ ਬਣਾਈ, ਮੈਂ ਆਪਣੇ ਗੁਰੂ ਨੂੰ ਬਸਤਰ ਭੇਟ ਕਰਨਾ। ਵਾਰ ਵਾਰ ਕਿਹਾ, ਜਿਵੇਂ ਆਪਾਂ ਦਰਜੀ ਨੂੰ ਕਹਿੰਦੇ ਹਾਂ ਵੀ ਦੇਖੋ ਵੀ ਕਿਤੇ ਕੱਪੜਾ ਮਹਿੰਗਾ ਖਰਾਬ ਹੀ ਨਾ ਕਰਦੀ, ਇਵੇਂ ਬੁੱਢੀ ਮਾਈ ਨੇ ਆਖਿਆ। ਬਹੁਤ ਪਿਆਰ ਕਰਦੀ ਆ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਦੇਖੋ ਇੰਨਾ ਪਿਆਰ ਹੋਣਾ ਚਾਹੀਦਾ ਜਿੰਨਾ ਇਹ ਮਾਈ ਦਾ ਸੱਚੇ ਪਾਤਸ਼ਾਹ ਜੀ ਦੇ ਨਾਲ ਸੀਗਾ। ਰੋਜ਼ ਹੀ ਆਪਣੇ ਪੁੱਤਰ ਨੂੰ ਪੁੱਛ ਲੈਂਦੀ ਆ, ਪੁੱਤਰ ਜੀ ਜਿਨ੍ਹਾਂ ਦੀਆਂ ਤੂੰ ਕਹਾਣੀਆਂ ਕਥਾਵਾਂ ਇਤਿਹਾਸ ਦੱਸਦਾ ਹੈ, ਉਹ ਗੁਰੂ ਜੀ ਕਦੇ ਕਸ਼ਮੀਰ ਆਉਣਗੇ? ਤਾਂ ਉਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰੇਮ ਦੀਆਂ ਡੋਰਾਂ ਵਿੱਚ ਬੱਧੇ ਹੋਏ ਆ। ਮੀਰੀ ਅਤੇ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ ਨੇ ਮਾਤਾ ਭਾਗ ਭਰੀ ਜੀ ਬਾਰੇ ਸਾਰੀ ਗੱਲ ਜੀ ਜਾਣੀ ਆ ਜੀ, ਵੀ ਦਿਨੇ ਵੀ ਰਾਤ ਨੂੰ ਵੀ ਇਹ ਤਾਂ ਮੇਰਾ ਸੋਚਦੀ ਰਹਿੰਦੀ ਹੈ, ਇੰਤਜ਼ਾਰ ਹੀ ਕਰੀ ਜਾਂਦੀ ਆ। ਮਮ ਪ੍ਰਤੀਖਨਾ ਕਰਤ ਹੈ ਨਿਸਬਾਸਰ ਸੁਖ ਨਾਹੇ, ਸ੍ਰੀ ਗੁਰੂ ਹਰਗੋਬਿੰਦ ਜੀ ਜਾਨੀ ਸਭ ਮਨ ਮਾਏ। ਮਹਾਰਾਜ ਨੂੰ ਪਤਾ ਲੱਗ ਗਿਆ ਵੀ ਮਾਈ ਜਿਹੜੀ ਆ ਮੈਨੂੰ ਚਾਹੁੰਦੀ ਆ ਦਰਸ਼ਨ ਕਰਨਾ, ਪਹਾੜੀ ਦੇਸ਼ ਦਾ ਰਸਤਾ ਵਾ, ਮੇਰੀ ਸਿੱਖਣੀ ਚੱਲ ਕੇ ਆ ਨਹੀਂ ਸਕਦੀ, ਮੇਰੇ ਬਹੁਤ ਸਾਰੇ ਸਿੱਖ ਪਹਾੜਾਂ 'ਚ ਵੱਸਦੇ ਆ, ਚਾਹੁੰਦੇ ਆ ਮੈਂ ਉੱਥੇ ਜਾਵਾਂ। ਮਹਾਰਾਜ ਤਾਂ ਸਾਰਿਆਂ ਦੀਆਂ ਦਿਲਾਂ ਦੀਆਂ ਜਾਣਦੇ ਆ ਜੀ। ਸਤਿਗੁਰੂ ਜੀ ਨੇ ਫਿਰ ਸੋਚਿਆ, ਸਾਨੂੰ ਆਪ ਜਾਣਾ ਚਾਹੀਦਾ ਕਸ਼ਮੀਰ। ਦੇਖੋ ਅੰਮ੍ਰਿਤਸਰ ਦੇ ਵਿੱਚ ਭਾਵੇਂ ਵੱਡੇ ਕਾਰਜ ਪਏ ਹਨ ਜੀ ਕਰਨ ਵਾਲੇ, ਪ੍ਰੇਮ ਦੇ ਵੱਧੇ ਹੋਏ ਮਹਾਰਾਜ ਜਾਣਦੇ ਆ ਮਾਈ ਨੇ ਕੱਪੜਾ ਬੁਣ ਕੇ ਰੱਖਿਆ ਹੋਇਆ, ਚਾਹੁੰਦੀ ਆਪਣੇ ਹੱਥਾਂ ਨਾਲ ਭੇਟ ਕਰਾਂ। ਹੁਣ ਘੱਟ ਹੀ ਖਾਂਦੀ ਆ, ਘੱਟ ਹੀ ਪੀਂਦੀ ਆ, ਦਿਨੇ ਰਾਤ ਸਿਮਰਨ ਕਰਦੀ ਆ, ਅਤੇ ਉਹਦਾ ਅੰਤ ਸਮਾਂ ਵੀ ਨੇੜੇ ਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਕੁੱਲ ਦੇ ਚੰਦ ਹਨ ਜੀ, ਜਿਨ੍ਹਾਂ ਨੇ ਹਿਰਦੇ ਵਿੱਚ ਵਿਚਾਰ ਕੀਤੀ ਆ ਛੇਤੀ ਚੱਲਣਾ ਚਾਹੀਦਾ, ਮਾਤਾ ਗੰਗਾ ਜੀ ਤੋਂ ਆਗਿਆ ਪਾ ਕੇ ਨਮਸਕਾਰ ਕਰਕੇ ਉਸੇ ਵੇਲੇ ਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਪਹੁੰਚੇ ਆ ਜੀ ਕਸ਼ਮੀਰ ਦੀ ਪਾਵਨ ਧਰਤੀ 'ਤੇ। ਇਹ ਚਲਤ ਚਲਤ ਚਪਰਾਹੜ ਪੁਰ ਜੈ ਜਾਏ ਪਹੁੰਚੇ ਢਿੱਗ ਸਤਿਗੁਰ ਤੈ। ਫਿਰ ਸਤਿਗੁਰੂ ਮਹਾਰਾਜ ਇਹ ਕਸ਼ਮੀਰ ਦੇਸ਼ ਨੂੰ ਨਿਹਾਲ ਕਰਨ ਵਾਸਤੇ ਆਏ ਆ। ਇੱਥੇ ਪਿੰਡ ਚਬਰਾਹੜ ਪੁਰ ਸੀ, ਇੱਥੇ ਬ੍ਰਾਹਮਣ ਮਿਲਿਆ ਮਹਾਰਾਜ ਨੂੰ, ਉਹਨੇ ਥੋੜ੍ਹੇ ਸਖਤ ਸ਼ਬਦ ਕਹੇ ਆ,
ਜਦੋਂ ਮਹਾਰਾਜ ਨੇ ਸਰੋਵਰ ਵਾਸਤੇ ਪਾਣੀ ਵਾਸਤੇ ਪੁੱਛਿਆ, ਵਰਸ਼ਾ ਮਾਰ ਕੇ ਮਹਾਰਾਜ ਨੇ ਇੱਥੇ ਜਲ ਵੀ ਕੱਢਿਆ ਸੀਗਾ। ਉਹ ਅਸਥਾਨ ਨੂੰ ਗੁਰੂ ਸਰ ਕਹਿੰਦੇ ਆ। ਤਾਂ ਇਸ ਤਰ੍ਹਾਂ ਮਹਾਰਾਜ ਇਹ ਬ੍ਰਾਹਮਣ ਨੂੰ ਉਧਾਰ ਕਰਕੇ ਇਹਨੂੰ ਦੱਸਿਆ ਕਿ ਭਾਈ ਜਦੋਂ ਵੀ ਬਚਨ ਕਰੀਏ ਤਾਂ ਸਾਨੂੰ ਸਖਤ ਬਚਨ ਨਹੀਂ ਕਰਨੇ ਚਾਹੀਦੇ, ਮਿੱਠਾ ਬੋਲਣਾ ਚਾਹੀਦਾ। ਮਹਾਰਾਜ ਦੇ ਇੱਦਾਂ ਦੇ ਬਚਨ ਸੁਣ ਕੇ ਬ੍ਰਾਹਮਣ ਨੇ ਮਾਫ਼ੀ ਮੰਗੀ। ਤਾਂ ਮਹਾਰਾਜ ਅੱਗੇ ਇੱਥੋਂ ਵਧੇ ਆ। ਇੱਥੇ ਜ ਬਹੁਤ ਸੋਹਣੇ ਸੋਹਣੇ ਦਰੱਖਤ ਆ ਜੀ ਕਸ਼ਮੀਰ ਵਿੱਚ, ਜਰਦ ਰੰਗ ਦੇ ਅਨਾਰਾਂ ਦੇ ਬਹੁਤ ਸੋਹਣੇ ਪੇੜ ਆ, ਉਹਨਾਂ ਨੂੰ ਲੱਗੇ ਖੱਟੇ ਮਿੱਠੇ ਫਲ ਰਸ ਨਾਲ ਭਰੇ ਹੋਏ ਆ। ਖਰੇ ਖਰੋਟ ਸੋ ਦਲਗਨ ਹਰੇ, ਕਦਲੀ ਬਦਰੀ ਫਲ ਜਲ ਪਰੇ। ਅਖਰੋਟਾਂ ਦੇ ਪੇੜ ਹਰੇ ਪੱਤਿਆਂ ਸਮੇਤ ਖੜ੍ਹੇ ਆ। ਕੇਲੇ ਬੇਰਾਂ ਦੇ ਪੌਦਿਆਂ ਨੂੰ ਬੜੇ ਫਲ ਲੱਗੇ ਆ ਜੀ, ਬੇਰੀਆਂ ਨੂੰ ਬਹੁਤ ਫਲ ਲੱਗੇ ਹੋਏ ਆ, ਝਰਨੇ ਵਗ ਰਹੇ ਆ। ਬਹੁਤ ਸੋਹਣਾ ਦ੍ਰਿਸ਼ ਆ ਜੀ ਕਸ਼ਮੀਰ ਦਾ। ਨਦੀਆਂ ਬਹੁਤ ਤੇਜ਼ ਰਫ਼ਤਾਰ ਨਾਲ ਵਗ ਰਹੀਆਂ ਨੇ, ਸਫੈਦ ਬਰਫ਼ ਚਾਰੇ ਪਾਸੇ ਦਿਖਾਈ ਦੇ ਰਹੀ ਆ ਜੀ। ਬਰਫ਼ ਸਫੈਦ ਚਹੂੰ ਦਿਸ ਦਿਖੀਅਤ, ਜਹਾਂ ਉਸ਼ਨ ਕੋ ਤ੍ਰਾਸਨ ਲਖੀਅਤ। ਇੱਥੇ ਗਰਮੀ ਬਿਲਕੁਲ ਵੀ ਨਹੀਂ। ਸੇਬ, ਛੋਟੀ ਨਾਖ, ਬ੍ਰੈਸ਼, ਅੰਗੂਰ ਦੀਆਂ ਵੇਲਾਂ, ਬੜੇ ਸੋਹਣੇ ਸੋਹਣੇ ਫਲ ਲੱਗੇ ਆ ਜੀ। ਤਾਂ ਜਿਹੜੇ ਪਹਾੜਾਂ ਦੇ ਵਾਸੀ ਆ, ਜਦੋਂ ਉਹਨਾਂ ਨੂੰ ਪਤਾ ਲੱਗਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਆ, ਸੋਹਣੀਆਂ ਭਟਾਵਾਂ ਲੈ ਕੇ ਆਏ ਆ, ਮਹਾਰਾਜ ਲਈ ਸਵਾਦੀ ਫਲ ਲਿਆਂਦੇ ਆ, ਬਹੁਤ ਰਸ ਜੇ ਨਾਲ ਭਰੇ ਹੋਏ ਆ ਜੀ। ਸਾਰਾ ਪਹਾੜੀ ਮਾਰਗ ਲੰਘ ਕੇ ਮਹਾਰਾਜ ਥੋੜ੍ਹੇ ਜਿਹੇ ਪੱਧਰੇ ਅਸਥਾਨ 'ਤੇ ਆਏ ਆ ਜੀ। ਬਹੁਤ ਕਿਰਪਾ ਕਰ ਦਿੱਤੀ ਗੁਰੂ ਜੀ ਦੀਆਂ, ਸਾਰੀਆਂ ਸੰਗਤਾਂ ਨੇ ਦੀਦਾਰ ਕੀਤੇ ਆ ਜੀ, ਬਹੁਤ ਆਨੰਦ ਆਇਆ। ਵਿਖਮ ਪੰਥ ਕਸ਼ਮੀਰ ਘਨੂ ਹੈ, ਗੁਰਸਿੱਖੀ ਵਿਸਤਾਰ ਸਾਨੂੰ ਹੈ। ਦੇਖੋ ਕਸ਼ਮੀਰ ਦਾ ਰਾਹ ਕਿੰਨਾ ਔਖਾ ਜੀ। ਉਹ ਪੁਰਾਣਾ ਜ਼ਮਾਨਾ ਸੀਗਾ, ਨਾੜੇ ਘੋੜਿਆਂ ਵੇਲੇ ਜਦੋਂ ਚੜ੍ਹ ਕੇ ਆਉਣਾ, ਪ੍ਰੇਮ ਦੇ ਬੱਧੇ ਮਹਾਰਾਜ ਆਏ ਆ ਜੀ ਅੱਜ ਸੱਚੇ ਪਾਤਸ਼ਾਹ ਜੀ। ਉਹ ਮਾਈ ਭਾਗ ਭਰੀ ਸਤਿਗੁਰੂ ਜੀ ਨੂੰ ਯਾਦ ਕਰ ਰਹੀ ਆ, ਸਤਿਗੁਰੂ ਮਹਾਰਾਜ ਨੂੰ ਚੇਤੇ ਕਰਦੀ ਆ, ਮੁੜ ਮੁੜ ਚੇਤੇ ਕਰਦੀ ਆ ਜੀ। ਉਹ ਮਾਈ ਦਾ ਪ੍ਰੇਮ ਵੇਖ ਕੇ ਮਹਾਰਾਜ ਉਹ ਬਜ਼ੁਰਗ ਇਸਤਰੀ ਦੀ ਆਸ ਪੂਰੀ ਕਰਨ ਵਾਸਤੇ ਉਹਦੇ ਘਰ ਦੇ ਦਰਵਾਜ਼ੇ ਅੱਗੇ ਗਏ ਆ। ਘਰ ਦੇ ਦਰਵਾਜ਼ੇ ਅੱਗੇ ਗਏ, ਜਦੋਂ ਉਹਦਾ ਪੁੱਤਰ ਸੀ ਉਹਨੇ ਦੇਖਿਆ ਸੇਵਾ ਦਾਸ ਨੇ ਵੀ ਘੋੜਿਆਂ ਦੇ ਖੁਰਾਂ ਦਾ ਖੜਕਾ ਹੋ ਰਿਹਾ। ਉਹ ਘਰ ਦਾ ਦਰਵਾਜ਼ਾ ਛੱਡ ਕੇ ਬਾਹਰ ਨਿਕਲਿਆ ਅਤੇ ਸਾਹਮਣੇ ਦੇਖਿਆ ਮੀਰੀ ਅਤੇ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਨ ਜੀ। ਖਰੇ ਹੇਰ ਸ੍ਰੀ ਹਰਗੋਬਿੰਦ, ਕਰ ਮੈਂ ਤੋਮਰ ਗਏਹੋ ਬਲਿੰਦ। ਜਿਨ੍ਹਾਂ ਨੇ ਹੱਥ ਵਿੱਚ ਵੱਡਾ ਨੇਜਾ ਫੜਿਆ ਹੋਇਆ, ਸੇਵਾ ਦਾਸ ਉਹ ਬ੍ਰਾਹਮਣ ਮਹਾਰਾਜ ਜੀ ਦੇ ਚਰਣਾ ਕਮਲਾਂ 'ਤੇ ਆਪਣਾ ਮਸਤਕ ਧਰਿਆ, ਆਨੰਦ ਆ ਗਿਆ। ਕਹਿਣ ਲੱਗਾ ਜੀ ਮਹਾਰਾਜ ਬਹੁਤ ਸਮੇਂ ਤੋਂ ਉਡੀਕਦੇ ਸੀ, ਅੱਜ ਦਰਸ਼ਨ ਹੋ ਗਏ ਆ। ਰਕਾਬ ਫੜ ਕੇ ਮਹਾਰਾਜ ਨੂੰ ਬੇਨਤੀ ਕੀਤੀ ਆ, ਗੁਰੂ ਜੀ ਨੂੰ ਘੋੜੇ ਤੋਂ ਉਤਾਰਿਆ, ਆਪਣੇ ਨਾਲ ਅੰਦਰ ਲੈ ਗਿਆ, ਸੋਹਣਾ ਪਲੰਘ ਡਾਹਿਆ, ਆਪਣੀ ਬਿਰਧ ਮਾਤਾ ਨੂੰ ਖੁਸ਼ੀ ਦੀ ਖਬਰ ਸੁਣਾਈ ਆ। ਹੱਲੇ ਯਾਰਾ ਖੁਸ਼ ਖਬਰੀ, ਅੱਜ ਖੁਸ਼ੀ ਦਾ ਦਿਨ ਸੀਗਾ। ਹੇ ਵੱਡੇ ਭਾਗਾਂ ਵਾਲੀ, ਜਿਹਦੀ ਉਡੀਕ ਕਰਦੀ ਸੀ ਮਾਂ, ਜਿਹਦੇ ਦਰਸ਼ਨਾਂ ਨੂੰ ਲੋਚਦੀ ਸੀ ਮਾਂ, ਉਹ ਕਿਰਪਾ ਧਾਰ ਕੇ ਆਪ ਆ ਗਏ ਆ ਜੀ। ਇਹ ਇਹਨਾਂ ਦਾ ਗੁਰੂ ਦਾ ਬਿਰਧ ਆ, ਤੇਰਾ ਭਾਗ ਭਰੀ ਨਾਂ ਅੱਜ ਸੱਚਮੁੱਚ ਸੱਚਾ ਹੋ ਗਿਆ, ਸ਼ੁਭ ਹੋ ਗਿਆ। ਸੱਚਮੁੱਚ ਤੂੰ ਭਾਗਾਂ ਭਰੀਆਂ, ਤੇਰਾ ਪ੍ਰੇਮ ਵੇਖ ਕੇ ਗੁਰੂ ਮਹਾਰਾਜ ਆਪ ਆਏ ਆ। ਜਦੋਂ ਸੁਣਿਆ ਨਾ ਮਾਂ ਨੇ, ਪ੍ਰੇਮ ਨਾਲ ਬਹਿਬਲ ਹੋਈ ਉੱਠੀ ਆ ਜੀ। ਬਹੁਤ ਪਿਆਰ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ।
ਇੰਨਾ ਪਿਆਰ ਕੀਤਾ ਅਤੇ ਕੰਬਦੇ ਹੱਥਾਂ ਨਾਲ ਅੱਗੇ ਆਈ ਆ, ਸਤਿਗੁਰੂ ਜੀ ਦੇ ਨੇਤਰਾਂ ਨਾਲ ਦੀਦਾਰ ਕੀਤੇ ਆ, ਬੜੀ ਆਤਰ ਹੋ ਗਈ, ਅੱਖਾਂ 'ਚ ਪਾਣੀ ਆ ਗਿਆ। ਮਹਾਰਾਜ ਜੀ ਦੇ ਚਰਨਾਂ ਕਮਲਾਂ ਨੂੰ ਆਪਣੇ ਹੱਥ ਨਾਲ ਫੜ ਲਿਆ ਅਤੇ ਸਤਿਗੁਰੂ ਜੀ ਨੂੰ ਜਦੋਂ ਮੱਥਾ ਟੇਕਣ ਲੱਗੀ, ਸੁੰਦਰ ਸਰੂਪ ਨੂੰ ਦੇਖਣ ਲੱਗੀ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਆਖਿਆ, ਮਾਤਾ ਜੀ ਆਪ ਜੀ ਉਮਰ ਵਿੱਚ ਮੇਰੇ ਤੋਂ ਵੱਡੇ ਹੋ। ਕਹਿਣ ਲੱਗੀ, ਮੈਂ ਆਪ ਜੀ ਦੇ ਦਰਸ਼ਨਾਂ ਦੀ ਪਿਆਸੀ ਹਾਂ। ਜਿਹੋ ਜਿਹਾ ਕਥਾਵਾਂ ਵਿੱਚ ਸਾਖੀਆਂ ਵਿੱਚ ਸੁਣਿਆ ਸੀ ਆਪ ਜੀ ਬਾਰੇ, ਉਸ ਤੋਂ ਵੀ ਕਈ ਗੁਣਾ ਵੱਧ ਗੁਣ ਪਾਏ ਨੇ। ਅੱਜ ਮੈਂ ਬਾਰੀ ਜਾਨੀ ਹਾਂ ਜੀ, ਰੋਕੋ ਨਾ ਜੀ, ਅੱਜ ਮੈਨੂੰ ਬਲਹਾਰੀ ਜਾਨੀ ਆ, ਸਦਕੇ ਜਾਨੀ ਆ, ਸੌ ਪ੍ਰਤੱਖ ਹੋਏ ਅਬ ਮੇਰੇ, ਸ੍ਰੀ ਸਤਿਗੁਰੂ ਤੁਮ ਦਰਸ਼ਨ ਹੇਰੇ, ਹੋਂ ਵਾਰੀ ਹੋਂ ਸਦ ਬਲਹਾਰੀ, ਹੋਂ ਸਦਕੇ ਘੋਲੀ ਸਦ ਵਾਰੀ। ਮੈਂ ਕਈ ਵਾਰ ਕੁਰਬਾਨ ਜਾਨੀ ਹਾਂ। ਜਿਹੜੀ ਵੱਡੀ ਫੁੱਲਾਂ ਦੀ ਮਾਲਾ ਗੁੰਦ ਕੇ ਬਣਾਈ ਸੀਗੀ ਮਾਤਾ ਨੇ, ਉਹ ਸਤਿਗੁਰੂ ਜੀ ਦੇ ਗਲ ਵਿੱਚ ਪਾ ਦਿੱਤੀ ਆ। ਕਹਿਣ ਲੱਗੀ, ਗੁਰੂ ਮਹਾਰਾਜ ਅੱਜ ਮੇਰੀ ਪੂਜਾ ਕੀਤਾ ਸਿਮਰਨ ਸਫਲ ਹੋ ਗਿਆ। ਮਹਾਰਾਜ ਕਹਿਣ ਲੱਗੇ, ਮਾਤਾ ਜੀ ਤੁਸਾਂ ਬਹੁਤ ਪ੍ਰੇਮ ਕੀਤਾ ਹੈ, ਮੇਰੇ ਵਾਸਤੇ ਸੁੰਦਰ ਵਸਤਰ ਬਣਾਏ ਆ, ਦਿਨੇ ਰਾਤ ਮੈਨੂੰ ਯਾਦ ਕਰਦੇ ਸੀ, ਉਹਨਾਂ ਕੱਪੜਿਆਂ ਨੂੰ ਪਹਿਨਣ ਵਾਸਤੇ ਮੈਂ ਆਇਆ, ਹੋਰ ਕੋਈ ਕੱਪੜਾ ਮੈਨੂੰ ਚੰਗਾ ਨਹੀਂ ਲੱਗਦਾ। ਦੇਖੋ ਇੰਨਾ ਪਿਆਰ ਸੀ ਮਹਾਰਾਜ ਦਾ ਸਿੱਖਾਂ ਨਾਲ, ਸੋ ਮੈਂ ਪਹਿਰਨ ਹਿੱਤ ਚਲੇ ਆਇਓ, ਅਪਰ ਨਾਂਬਰ ਮੋਹੇ ਸਹਾਇਓ, ਇਹ ਕੱਪੜਾ ਮੈਨੂੰ ਹੁਣ ਸਿਲਵਾ ਕੇ ਦਿਓ, ਮੈਂ ਬਹੁਤ ਖੁਸ਼ੀ ਖੁਸ਼ੀ ਪਹਿਨਾਂਗਾ। ਮਾਈ ਭਾਗ ਭਰੀ ਚਿੱਤ ਵਿੱਚ ਬੜੀ ਹੈਰਾਨ ਹੋਈ ਆ, ਕਹਿਣ ਲੱਗੀ, ਇਹ ਤਾਂ ਤੁਹਾਡੇ ਵਿੱਚ ਮੈਂ ਅਸਚਰਜ ਗੱਲ ਦੇਖੀ ਆ, ਵੀ ਕੋਈ ਜਾਤ ਨਹੀਂ ਵੇਖਦੇ, ਕੋਈ ਜਾਤ ਨਹੀਂ ਵੇਖਦੇ, ਇਸਤਰੀ ਪੁਰਖ ਨਹੀਂ ਵੇਖਦੇ, ਜਿੱਥੇ ਪ੍ਰੇਮ ਹੁੰਦਾ ਉੱਥੇ ਆ ਜਾਂਦੇ ਹੋ ਮਹਾਰਾਜ। ਮੈਂ ਤਾਂ ਮਾੜੀ ਮੱਤ ਵਾਲੀ ਹਾਂ ਜੀ, ਮੈਂ ਤਾਂ ਮਲੀਨ ਹਾਂ। ਸੱਚੇ ਪਾਤਸ਼ਾਹ ਜੀ, ਤੁਸੀਂ ਮੈਨੂੰ ਅੱਜ ਇੱਥੇ ਆ ਕੇ ਮੇਰੇ ਜਿਹੜੇ ਦਰਸ਼ਨ ਸੀ ਮੈਨੂੰ ਦੇ ਕੇ ਮੈਨੂੰ ਪਵਿੱਤਰ ਕਰ ਦਿੱਤਾ ਹੈ, ਮੈਨੂੰ ਗਰੀਬਣੀ ਨੂੰ ਕਿਰਪਾ ਦੇ ਰਸ ਵਿੱਚ ਰੰਗਿਆ ਹੈ। ਮੈਂ ਥੋੜ੍ਹੀ ਮੱਤ ਵਾਲੀ, ਕੁਝ ਕਹਿਣਾ ਵੀ ਨਹੀਂ ਜਾਣਦੀ, ਪਾਪੀਆਂ ਨੂੰ ਤਾਰਨ ਵਾਲੇ ਤੁਹਾਡਾ ਨਾਂ ਹੈ, ਇਹ ਮੈਂ ਚੰਗੀ ਤਰ੍ਹਾਂ ਹਿਰਦੇ ਵਿੱਚ ਨਿਰਧਾਰਿਤ ਕੀਤਾ ਹੈ। ਗੁਰਮੁਖ ਪਿਆਰਿਓ, ਇੰਨੀ ਪ੍ਰੇਮ ਦੇ ਵਿੱਚ ਵੱਧੀ ਗਈ। ਕੁਝ ਇਤਿਹਾਸਕਾਰ ਕਹਿੰਦੇ ਸੀ ਇਹ ਮਾਈ ਸਤਿਗੁਰੂ ਜੀ ਮਹਾਰਾਜ ਨੂੰ ਆਖ ਦਿੱਤਾ ਸੀ, ਮਾਈ ਨੇ, ਮਾਤਾ ਭਾਗ ਭਰੀ ਨੇ, ਤੂੰ ਪਾਪੀ ਮੈਂ ਬਖਸ਼ਣਹਾਰ। ਇਸ ਤਰ੍ਹਾਂ ਵਿਰਾਗ ਵਿੱਚ ਇਹ ਸ਼ਬਦ ਨਿਕਲ ਗਏ। ਇੱਕ ਵਾਰ ਨਹੀਂ, ਵਾਰ ਵਾਰ ਕਿਹਾ, ਤੂੰ ਪਾਪੀ ਮੈਂ ਬਖਸ਼ਣਹਾਰ। ਕੋਲ ਖੜ੍ਹੇ ਸਿੱਖ ਕਹਿਣ ਲੱਗੇ, ਮਹਾਰਾਜ ਨਾਲ ਸੂਰਮੇ ਸੀਗੇ ਜਿਹੜੇ ਯੋਧੇ, ਕਹਿਣ ਲੱਗੇ, ਮਾਤਾ ਜੀ ਕੀ ਕਹੀ ਜਾਂਦੇ ਹੋ, ਸਤਿਗੁਰੂ ਜੀ ਨੂੰ ਪਾਪੀ ਕਹੀ ਜਾਂਦੇ ਹੋ, ਆਪਣੇ ਆਪ ਨੂੰ ਬਖਸ਼ਣਹਾਰ ਕਹੀ ਜਾਂਦੇ ਹੋ। ਸਤਿਗੁਰੂ ਜੀ ਨੇ ਸਿੱਖਾਂ ਨੂੰ ਰੋਕਿਆ, ਕਿਹਾ, ਕੋਈ ਗੱਲ ਨਹੀਂ ਸਿੱਖੋ, ਮਾਂ ਦੇ ਕਹੇ ਸ਼ਬਦਾਂ ਵੱਲ ਨਾ ਜਾਓ, ਭਾਵਨਾ ਵੇਖੋ। ਅੱਜ ਸਤਿਗੁਰੂ ਜੀ ਮਿਹਰਾਂ ਦੇ ਘਰ ਵਿੱਚ ਆਏ ਆ, ਮਿਹਰਾਂ ਦੇ ਸਾਈਂ। ਬਚਨ ਕੀਤਾ, ਮਾਂ ਤੇਰਾ ਲੋਕ ਅਤੇ ਪਰਲੋਕ ਸਹਿਲਾ ਹੋ ਗਿਆ, ਤੇਰਾ ਜਨਮ ਮਰਨ ਵੀ ਕੱਟਿਆ ਗਿਆ। ਗੁਰਮੁਖ ਪਿਆਰਿਓ, ਇੰਨਾ ਪਿਆਰ ਸਤਿਗੁਰੂ ਜੀ ਨੇ ਕੀਤਾ ਸੀਗਾ। ਇਮਕੈ ਹੋਤ ਬਾਰਣੇ ਹਿਤ ਸੋ, ਸਤਿਗੁਰੂ ਮਹਾਰਾਜ ਜੀ ਦੀਆਂ ਪਰਕਰਮਾਂ ਕੀਤੀਆਂ, ਕਰੀ ਪਰਕਰਮਾਂ ਹਰਖ ਅਤੇ ਚਿਤ ਸੋ, ਭਾਵ ਗੁਰੂ ਮਹਾਰਾਜ ਨੂੰ ਇੰਨਾ ਪਿਆਰ ਕੀਤਾ, ਨੈਣ ਰੱਜ ਨਹੀਂ ਸੀ ਰਹੇ। ਅੰਦਰ ਗਈ ਆ ਮਾਈ, ਵਸਤਰ ਲੈ ਕੇ ਆਈ ਆ, ਜਿਨ੍ਹਾਂ 'ਤੇ ਸੁਗੰਧੀ ਦਾ ਛਿੜਕਾਅ ਕੀਤਾ ਹੋਇਆ, ਮਹਾਰਾਜ ਅੱਗੇ ਰੱਖ ਦਿੱਤੇ ਆ ਜੀ, ਹੱਥ ਜੋੜ ਕੇ ਵੰਦਨਾ ਕੀਤੀ ਹੈ। ਦਰਜੀ ਨੂੰ ਬੁਲਾਇਆ,
ਗੁਰੂ ਜੀ ਨੂੰ ਆਪਣੇ ਵੱਡੇ ਸਰੀਰ ਦਾ ਉਹ ਮੇਚਾ ਜਿਹੜਾ ਸੀਗਾ ਦੇਣ ਵਾਸਤੇ ਦਰਜੀ ਨੂੰ ਵਿਖਾਇਆ। ਦਰਜੀ ਨੇ ਵੀ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਆ। ਮਾਤਾ ਜੀ ਨੇ ਦਰਜੀ ਨੂੰ ਕਿਹਾ, ਸਾਰੇ ਕੱਪੜੇ ਭਾਈ ਚੰਗੀ ਤਰ੍ਹਾਂ ਸੀਵੀ, ਗੁਰੂ ਜੀ ਜਾਮਾ ਪਹਿਣ ਕੇ ਸਾਡਾ ਜਨਮ ਸਫਲ ਕਰ ਦੇਣ। ਸੀਮਨ ਕਰੋ ਸਰਬ ਅਭਿਰਾਮਾ, ਜਨਮ ਸਫਲ ਹੋਏ ਪਹਿਰੇ ਜਾਮਾ। ਇਸ ਤਰ੍ਹਾਂ ਤੁਰੰਤ ਸਿਉਣਾ ਲਾ ਦਿੱਤੀਆਂ ਨੇ, ਕੋਲ ਬਹਿ ਕੇ ਤਿਆਰ ਕਰਵਾਇਆ। ਬਿਰਧ ਮਾਈ ਨੇ ਨਿਰਮਲ ਜਲ ਲਿਆ, ਗੁਰੂ ਮਹਾਰਾਜ ਜੀ ਦੇ ਚਰਣਾ ਕਮਲਾਂ ਨੂੰ ਉਹ ਧੋਣਾ ਕੀਤਾ। ਗੁਰੂ ਜੀ ਦਾ ਪਿਆਰ ਸੀਗਾ, ਗੁਰੂ ਮਹਾਰਾਜ ਰੋਕਦੇ ਰਹੇ ਕਿ ਮਾਤਾ ਜੀ ਤੁਸੀਂ ਮੈਥੋਂ ਵੱਡੇ ਉਮਰ ਵਿੱਚ, ਪਰ ਉਹ ਕਹਿਣ ਲੱਗੀ, ਮੈਂ ਤਾਂ ਆਪ ਜੀ ਦੇ ਚਰਣਾਂ ਦੀ ਪਹੁਲ ਲੈਣੀ ਆ। ਇਸ ਤਰ੍ਹਾਂ ਆਪਣਾ ਉਹਨੇ ਵਾਸਤਵ ਰੂਪ ਜਾਣਿਆ, ਸਾਰਾ ਗਿਆਨ ਹੋ ਗਿਆ ਚਰਣਾ ਪਹੁਲ ਲੈ ਕੇ ਮਹਾਰਾਜ ਜੀ ਦੀ, ਕਿਉਂਕਿ ਨੌਵੇਂ ਪਾਤਸ਼ਾਹ ਜੀ ਤੱਕ ਚਰਣਾਮ੍ਰਿਤੀ ਦਿੰਦੇ ਰਹੇ ਆ ਗੁਰੂ ਜੀ। ਫਿਰ ਖੰਡੇ ਦੀ ਪਹੁਲ ਚੱਲੀ ਆ ਜੀ, ਇਹ ਮਰਿਆਦਾ ਦਸਵੇਂ ਪਾਤਸ਼ਾਹ ਜੀ ਨੇ ਪ੍ਰਗਟ ਕੀਤੀ ਆ, ਅਤੇ ਜਦੋਂ ਖਾਲਸਾ ਪ੍ਰਗਟ ਕੀਤਾ, ਇਹ ਰਹਿਤ ਮਰਿਆਦਾ ਵਿੱਚ ਹੈ। ਹੁਣ ਖੰਡੇ ਦੀ ਪਹੁਲ ਹੀ ਆ, ਪਹਿਲਾਂ ਨੌ ਗੁਰੂ ਸਾਹਿਬਾਨ ਚਰਣਾਂ ਦੀ ਪਹੁਲ ਦਿੰਦੇ ਰਹੇ ਆ, ਮਤਾ ਸ਼ੰਕਾ ਕਰਨਾ ਇਹਦੇ ਵਿੱਚ। ਇਸ ਤਰ੍ਹਾਂ ਗੁਰਮੁਖ ਪਿਆਰਿਓ, ਉਹ ਮਾਈ ਜਿਹੜੀ ਸੀਗੀ ਉਹਨੇ ਗੁਰੂ ਸਾਹਿਬ ਨਾਲ ਪਿਆਰ ਕੀਤਾ। ਕੁਝ ਦਿਨਾਂ ਬਾਅਦ ਮਾਤਾ ਭਾਗ ਭਰੀ ਅਕਾਲ ਚਲਾਣਾ ਕਰ ਗਈ ਆ, ਅਤੇ ਉਹਦੀ ਚਿਖਾ ਨੂੰ ਸਤਿਗੁਰੂ ਮਹਾਰਾਜ ਨੇ ਆਪ ਲਾਂਬੂ ਲਾਇਆ ਸੀਗਾ, ਕਿਉਂਕਿ ਉਹਨੇ ਸਾਰਾ ਕਾਰਜ ਆਪਦਾ ਸਫਲ ਕਰ ਲਿਆ। ਅਤੇ ਉਹ ਬਿਰਧ ਮਾਈ ਨੇ, ਬਿਰਧਾ ਨੇ ਜੋ ਜਾਮਾ ਲੀਨ, ਮਾਤਾ ਭਾਗ ਭਰੀ ਨੇ ਉਹ ਜੋ ਜਾਮਾ ਤਿਆਰ ਕਰਵਾਇਆ ਸੀਗਾ, ਉਹਨੂੰ ਆਪਣੇ ਹੱਥਾਂ ਨਾਲ ਗੁਰੂ ਜੀ ਨੇ ਉਹ ਪਹਿਨਾ ਦਿੱਤਾ ਸੀ। ਮਾਤਾ ਜੀ ਨੇ ਸਤਿਗੁਰੂ ਜੀ ਦੀ ਸੋਭਾ ਨੂੰ ਵੇਖ ਕੇ ਆਪਣੇ ਪੁੱਤਰ ਸਹਿਤ ਮਾਤਾ ਚਿੱਤ ਵਿੱਚ ਬਹੁਤ ਆਨੰਦਮਈ ਹੋ ਗਈ। ਗੁਰਮੁਖ ਪਿਆਰਿਓ, ਇਹ ਜਿਹੜੀ ਕਸ਼ਮੀਰ ਦੀ ਰਹਿਣ ਵਾਲੀ, ਗੁਰੂ ਘਰ ਦੀ ਸ਼ਰਧਾਲੂ, ਨਾਮ ਬਾਣੀ ਦੀ ਮੂਰਤ, ਗੁਰੂ ਗੁਰੂ ਜਪ ਕੇ ਜੀਵਨ ਬਤੀਤ ਕਰਨ ਵਾਲੀ ਮਾਤਾ ਭਾਗ ਭਰੀ, ਸਰੀਰ ਕਰਕੇ ਬਿਰਧ ਭਾਵੇਂ ਹੋ ਗਈ ਆ, ਪਰ ਉਹਦੇ ਅੰਦਰ ਗੁਰੂ ਦਾ ਪਿਆਰ ਅਜੇ ਵੀ ਇੱਕ ਜਵਾਨ ਅਵਸਥਾ ਵਿੱਚ ਹੀ ਸੀਗਾ। ਤਾਂ ਅਕਸਰ ਹੀ ਕਈ ਵਿਦਵਾਨ ਵੀ ਕਹਿ ਦਿੰਦੇ ਆ ਕਿ ਪ੍ਰੇਮ ਕਦੇ ਬੁੱਢਾ ਨਹੀਂ ਹੁੰਦਾ, ਜਿਹੜਾ ਬੁੱਢਾ ਹੋ ਜਾਵੇ ਉਹ ਪ੍ਰੇਮ ਹੀ ਨਹੀਂ ਹੁੰਦਾ। ਇਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਸ਼ਮੀਰ ਕਿਉਂ ਗਏ, ਗੁਰੂ ਜੀ ਇੰਨੀ ਦੂਰ ਅੰਮ੍ਰਿਤਸਰ ਛੱਡ ਕੇ, ਸਿਰਫ ਅਤੇ ਸਿਰਫ ਮਾਤਾ ਭਾਗ ਭਰੀ ਕੇਵਲ ਨਹੀਂ, ਬਹੁਤ ਹੋਰ ਗੁਰਸਿੱਖ ਇਹੋ ਜਿਹੇ ਜਿਨ੍ਹਾਂ ਦਾ ਇਤਿਹਾਸ ਵਿੱਚ ਜ਼ਿਕਰ ਹੀ ਨਹੀਂ ਆਇਆ ਹੋਵੇਗਾ। ਬਹੁਤ ਸਾਰੇ ਸਿੱਖ ਸੀਗੇ ਕਸ਼ਮੀਰ ਵਿੱਚ, ਬਹੁਤੇ ਬ੍ਰਾਹਮਣ ਸੀਗੇ, ਸਾਰੇ ਮਹਾਰਾਜ ਦੇ ਸਿੱਖ ਹੋ ਗਏ। ਗੁਰੂ ਜੀ ਦਾ ਚਰਣਾਮ੍ਰਿਤ ਲੈ ਕੇ ਧੰਨ ਗੁਰੂ ਅਤੇ ਧੰਨ ਗੁਰੂ ਦੇ ਗੁਰਸਿੱਖ, ਧੰਨ ਗੁਰੂ ਗੁਰਸਿੱਖ ਸੋ ਧੰਨ ਜਿਨ ਕੈ ਪ੍ਰੇਮ ਗੁਰੂ ਉਤਪੰਨ, ਜਿਨ੍ਹਾਂ ਦੇ ਅੰਦਰ ਐਸਾ ਮਹਾਰਾਜ ਜੀ ਦਾ ਪਿਆਰ ਸੀਗਾ। ਇਮ ਕੀਰਤ ਪਸਰੀਤ ਸਦੇਸ਼, ਇਵੇਂ ਗੁਰੂ ਜੀ ਦੀ ਕੀਰਤੀ ਕਸ਼ਮੀਰ ਤੱਕ ਫੈਲ ਗਈ ਆ ਜੀ। ਕਰ ਦਰਸ਼ਨ ਭੇ ਸਿੱਖ ਵਿਸ਼ੇਸ਼, ਇੱਕ ਨਹੀਂ ਦੋ ਨਹੀਂ ਕਈ ਵਿਸ਼ੇਸ਼ ਸਿੱਖਾਂ ਨੇ ਦਰਸ਼ਨ ਕੀਤੇ ਆ। ਇਹ ਹੁਣ ਜਿਹੜੀ ਕਥਾ ਇੰਨੀ ਪ੍ਰੇਮ ਵਾਲੀ ਆ, ਕਿਹੜੇ ਗ੍ਰੰਥ ਵਿੱਚੋਂ ਆ ਭਾਈ, ਜਿਹਦੀ ਅੱਜ ਕੱਲ੍ਹ ਲੋਕ ਜਿਹੜੇ ਆ ਨਿੰਦਿਆ ਕਰੀ ਜਾਂਦੇ ਆ, ਇਹ ਜਿਹੜੇ ਮੂੜ ਲੋਕ ਆ ਵੀ ਸੂਰਜ ਪ੍ਰਕਾਸ਼ ਗ੍ਰੰਥ ਇਸ ਤਰ੍ਹਾਂ ਹੈ, ਜਿਨ੍ਹਾਂ ਨੇ ਪੜ੍ਹਿਆ ਨਹੀਂ ਉਹ ਨਿੰਦਿਆ ਕਰੀ ਜਾਂਦੇ, ਜਿਨ੍ਹਾਂ ਨੇ ਖੋਜਿਆ ਨਹੀਂ। ਪੱਗ ਪਾਹੁਲ ਲੈ ਆਣਦ ਹੋਵੇ, ਮਹਾਰਾਜ ਜੀ ਦੇ ਚਰਣਾਂ ਦੀ ਪੌਲ ਲਈ ਮਾਈ ਨੇ, ਇਵੇਂ ਉਹਦਾ ਵੀ ਉਧਾਰ ਹੋ ਗਿਆ। ਅਤੇ ਇਹ ਇਤਿਹਾਸਕਾਰ ਕਹਿੰਦੇ ਨੇ ਵੀ ਉਹਦਾ ਹੱਥੀਂ ਸੰਸਕਾਰ ਗੁਰੂ ਸਾਹਿਬ ਜੀ ਨੇ ਆਪ ਹੀ ਪਹੁੰਚ ਕੇ ਕੀਤਾ ਸੀਗਾ। ਇਵੇਂ ਜਨਮ ਮਰਨ ਕੋ ਸੰਕਟ ਖੋਵੇ, ਉਹਦਾ ਜਨਮ ਮਰਨ ਵੀ ਕੱਟਿਆ ਗਿਆ। ਤਾਂ ਸਾਨੂੰ ਵੀ ਭਾਈ
ਆਪਣਾ ਜਿਹੜਾ ਹੈ ਜੀਵਨ ਸਵਾਰਨਾ ਚਾਹੀਦਾ। ਇਹ ਕਿੰਤੂ ਪ੍ਰੰਤੂ ਵਿੱਚ ਪਵਾਂਗੇ, ਕੁਝ ਵੀ ਨਹੀਂ ਖੱਟਾਂਗੇ। ਸਤਿਗੁਰੂ ਜੀ ਨੇ ਕਿੰਨਾ ਪਿਆਰ ਕੀਤਾ ਸਾਨੂੰ, ਥੋੜ੍ਹਾ ਬਹੁਤਾ ਸਾਨੂੰ ਸੋਚਣਾ ਚਾਹੀਦਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਗੁਰਮੁਖ ਪਿਆਰਿਓ, ਤਾਂ ਇਹ ਜਿਹੜੀ ਹੈ ਵਿਚਾਰ ਸਤਿਗੁਰੂ ਜੀ ਦੇ ਪ੍ਰੇਮ ਦੀ ਕਥਾ ਹੈ। ਇਹ ਅਕੱਥ ਕਹਾਣੀ ਪ੍ਰੇਮ ਕੀ, ਮਹਾਰਾਜ ਕਿੰਨਾ ਪਿਆਰ ਕਰਦੇ ਆ, ਗੁਰਸਿੱਖ ਗੁਰੂ ਨੂੰ ਕਿੰਨਾ ਪਿਆਰ ਕਰਦੇ ਆ। ਤੁਸੀਂ ਵੇਖੋ ਪੁਰਾਣੇ ਸਮੇਂ ਵਿੱਚ ਉਹ ਵੇਲੇ ਕਿੰਨੇ ਭਾਗ ਭਰੇ ਹੋਣਗੇ ਉਹ ਗੁਰਸਿੱਖ ਜਿਨ੍ਹਾਂ ਨੇ ਸਤਿਗੁਰੂ ਦੇ ਪ੍ਰਤੱਖ ਦਰਸ਼ਨ ਕੀਤੇ ਆ। ਅੱਜ ਵੀ ਜਦੋਂ ਆਪਾਂ ਕਈ ਵਾਰ ਬਾਣੀ ਪੜ੍ਹਦੇ ਹਾਂ, ਕੀਰਤਨ ਸੁਣਦੇ ਹਾਂ, ਕਥਾ ਸਰਵਣ ਕਰਦੇ ਹਾਂ, ਤਾਂ ਇਹਦੇ ਵਿੱਚੋਂ ਗੁਰੂ ਦੇ ਦਰਸ਼ਨ ਹੋ ਜਾਂਦੇ ਆ। ਤੁਸੀਂ ਕਹੋਗੇ ਕਿਵੇਂ, ਜਦੋਂ ਆਪਾਂ ਨੂੰ ਰਸ ਆਉਂਦਾ, ਆਨੰਦ ਆਉਂਦਾ, ਖੁਸ਼ੀ ਖੇੜਾ ਵਿਗਾਸ ਹੁੰਦਾ, ਉਹ ਰਸ ਰੂਪੀ ਦਰਸ਼ਨ ਗੁਰੂ ਦੇ ਹੁੰਦੇ ਆ। ਕਮਾਈ ਵਾਲੇ ਗੁਰਸਿੱਖ ਸਮਝ ਜਾਂਦੇ ਆ ਵੀ ਗੁਰੂ ਦੇ ਦਰਸ਼ਨ ਹੋ ਗਏ ਆ, ਰਸ ਆ ਗਿਆ। ਅਤੇ ਪ੍ਰਤੱਖ ਦਰਸ਼ਨ ਵੀ ਹੋ ਸਕਦੇ ਆ ਗੁਰੂ ਦੇ, ਜੇ ਭਰੋਸਾ ਹੋਵੇ ਤੁਹਾਡਾ। ਗੁਰੂ ਸਾਹਿਬ ਜੀ ਦੇ ਉੱਪਰ ਪ੍ਰਤੱਖ ਦਰਸ਼ਨ ਵੀ ਹੋ ਜਾਣਗੇ, ਪਰ ਰਸ ਰੂਪੀ ਦਰਸ਼ਨ ਹੋਣੇ ਗੁਰੂ ਦੀ ਕਥਾ ਸੁਣ ਕੇ, ਕੀਰਤਨ ਸੁਣ ਕੇ, ਇਹ ਬਹੁਤ ਵੱਡੀ ਕਿਸਮਤ ਦੀ ਨਿਸ਼ਾਨੀ ਹੁੰਦੀ ਹੈ। ਤਾਂ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਜੀ, ਜਿਨ੍ਹਾਂ ਨੇ ਸਮੇਂ ਵਿੱਚੋਂ ਸਮਾਂ ਕੱਢ ਕੇ ਆਪ ਜੀ ਪਹੁੰਚੇ ਹੋ ਅਤੇ ਗੁਰੂ ਮਹਾਰਾਜ ਦੀ ਇਹ ਕਥਾ ਸਰਵਣ ਕੀਤੀ ਆ। ਕਿਉਂਕਿ ਕਲਯੁੱਗ ਆ ਇਹ, ਇਹਦੇ ਵਿੱਚ ਹਵਾ ਹੀ ਇੱਦਾਂ ਦੀ ਵਗੀ ਹੋਈ ਆ ਵੀ ਮਨ ਨੂੰ ਗੁਰੂ ਦੀ ਕਥਾ ਚੰਗੀ ਹੋਈ ਨਹੀਂ ਲੱਗਦੀ। ਮਨ ਨੂੰ ਕਿਹੜੀਆਂ ਚੀਜ਼ਾਂ ਚੰਗੀਆਂ ਲੱਗਦੀਆਂ, ਉਹ ਅਸ਼ਲੀਲ ਭੱਦੇ ਗਾਣੇ, ਮਨ ਉਹਨਾਂ ਚੀਜ਼ਾਂ ਨੂੰ ਵੇਖਣਾ ਚਾਹੁੰਦਾ। ਪਰ ਗੁਰੂ ਮਹਾਰਾਜ ਕਿੰਨਾ ਪਿਆਰ ਕਰਦੇ ਆ ਜੀ ਸਾਨੂੰ, ਇਹ ਕਥਾ ਸੁਣ ਕੇ ਪਤਾ ਲੱਗਣਾ। ਕਥਾ ਸੁਣੋਗੇ ਨਾ, ਮਹਾਂਪੁਰਖ ਤਾਂ ਕਹਿੰਦੇ ਆ ਵੀ 8 ਘੰਟੇ 9 ਘੰਟੇ ਕੋਈ ਤਪ ਕਰ ਰਿਹਾ ਇਕੱਲਾ ਬਹਿ ਕੇ, ਅਤੇ 1 ਘੰਟਾ ਉਹਨੇ ਕਥਾ ਸੁਣ ਲਈ ਆ, ਗੁਰੂ ਦਾ ਇਤਿਹਾਸ ਸੁਣ ਲਿਆ। ਉਹ ਕਥਾ ਸੁਣਨ ਵਾਲਾ ਬੰਦਾ ਅੱਗੇ ਜਾਊਗਾ ਇਕਾਂਤ ਵਿੱਚ ਬੈਠ ਕੇ ਤਪ ਕਰਨ ਵਾਲੇ ਨਾਲੋਂ। ਇਹ ਕੋਈ ਤਪ ਦੀ ਨਿੰਦਿਆ ਨਹੀਂ, ਕੋਈ ਨਾਮ ਦੀ ਨਿੰਦਿਆ ਨਹੀਂ, ਇਹ ਅਸਲ ਵਿੱਚ ਕਥਾ ਦਾ ਮਹੱਤਵ ਆ, ਇਹ ਮਹਾਤਮ ਆ ਇਹਦਾ। ਤਾਂ ਮਹਾਂਪੁਰਖ ਤਾਂ ਹੀ ਕਹਿੰਦੇ ਆ ਵੀ ਇਹ ਵੱਧ ਤੋਂ ਵੱਧ ਭਾਈ ਕਥਾ ਸੁਣਿਆ ਕਰੋ, ਗੁਰੂ ਦਾ ਇਤਿਹਾਸ ਸੁਣਿਆ ਕਰੋ, ਇਹਦੇ ਨਾਲ ਲਗਨ ਲੱਗ ਜਾਂਦੀ ਹੈ, ਪ੍ਰੇਮ ਹੋ ਜਾਂਦਾ ਗੁਰੂ ਨਾਲ। ਮਾਈ ਭਾਗ ਭਰੀ ਨੇ ਕੀ ਸੁਣਿਆ ਸੀ, ਗੁਰੂ ਦੀਆਂ ਸਾਖੀਆਂ। ਇਸ਼ਕ ਕਿਹਦੇ ਨਾਲ ਹੋ ਗਿਆ, ਮੀਰੀ ਅਤੇ ਪੀਰੀ ਦੇ ਮਾਲਕ ਜੀ ਨਾਲ ਪ੍ਰੇਮ ਹੋ ਗਿਆ, ਇਹ ਸੱਚਾ ਪ੍ਰੇਮ ਸੀਗਾ, ਇਹ ਨਿਭਿਆ। ਫਿਰ ਮਹਾਰਾਜ ਨੇ ਆਪ ਉਹਨਾਂ ਦੀ ਚਿਖਾ ਨੂੰ ਲਾਂਬੂ ਲਾਇਆ ਸੀਗਾ। ਸਤਿਗੁਰੂ ਮਹਾਰਾਜ ਮਿਹਰਮਤ ਕਰਨ, ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਬਣੋ ਜੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।